हाँ जी, मेरी सारे वीर मत बन के बेनती है कि जो कबड्डी खिलाड़ी भीरी सीगा उहदी हड्डी एमसी जी उहनूं पता ही है हालत क्या है जी। ते अज डाक्टर ने उहदी लत्त कट्टण नूं कहा वा, ते लत्त च इनफेक्शन ज़्यादा वधण करके उहदी लत्त कट्टणी पैणी है, नहीं पूरे शरीर च इनफेक्शन फैल सकदी है, जिस करके उहदी जान नूं खतरा हो सकदा। इस करके मेरी वीर बेनती है जे कोई पी जी आई किसी नूं जाणदा वा तां सानूं पी जी आई रैफर होना चाहुंदे हां, वी जे लत्त टिकट पाउणी है तां असीं पी जी आई जाके एक चांस लै लैंदे हां, की पता बचाव हो जाए। पी जी आई सानूं कोई सामने वाला मूहरे कोई जाणदा वा किसी डाक्टर नूं ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ। ਕਬੱਡੀ ਜਗਤ ਲਈ ਬਹੁਤ ਹੀ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਕਬੱਡੀ ਖਿਡਾਰੀ ਦਲਬੀਰ ਭੀਰੀ ਜੋ ਕਿ ਪਿਛਲੇ ਦਿਨੀ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਲੱਤ ਵਿੱਚ ਗੰਭੀਰ ਇਨਫੈਕਸ਼ਨ ਕਾਰਨ ਕੱਟਣੀ ਪਈ ਲੱਤ। ਖਿਡਾਰੀ ਦਲਬੀਰ ਸਿੰਘ ਇਸ ਸਮੇਂ ਲੁਧਿਆਣੇ ਦੇ ਡੀ ਐੱਮ ਸੀ ਹਸਪਤਾਲ ਵਿੱਚ ਦਾਖਲ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਕਟਰ ਪੰਕਜ ਮਹਿੰਦਰਾ ਨੇ ਦੱਸਿਆ ਕਿ ਉਹਨਾਂ ਦੀ ਲੱਤ ਦੀ ਨਾੜ 'ਤੇ ਸੱਟ ਲੱਗੀ ਸੀ, ਜਿਸ ਕਾਰਨ ਇਨਫੈਕਸ਼ਨ ਫੈਲ ਗਈ ਸੀ ਅਤੇ ਲੱਤ ਕੱਟਣੀ ਪਈ। ਖਿਡਾਰੀ ਦੇ ਪਰਿਵਾਰ ਦਾ ਕਹਿਣਾ ਹੈ ਕਿ 15 ਜੂਨ ਨੂੰ ਜਦੋਂ ਖਿਡਾਰੀ ਜੋਧਾ ਤੋਂ ਟੈਪੇ ਵੱਲ ਆ ਰਿਹਾ ਸੀ ਤਾਂ ਪੁਰਾਣੀ ਰੰਜਸ ਕਾਰਨ ਪੁਲ ਨੇੜੇ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ। ਖਿਡਾਰੀ ਦੇ ਦੋਸਤ ਮਨਪ੍ਰੀਤ ਸਿੰਘ ਮੰਨਾ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਕਾਫੀ ਗੰਭੀਰ ਹੈ ਅਤੇ ਡਾਕਟਰਾਂ ਮੁਤਾਬਕ ਇਲਾਜ 'ਤੇ 30 ਲੱਖ ਰੁਪਏ ਤੋਂ ਵੱਧ ਖਰਚਾ ਆਉਣ ਦੀ ਸੰਭਾਵਨਾ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੀ ਡੀ ਐੱਮ ਸੀ ਹਸਪਤਾਲ ਵਿੱਚ ਖਿਡਾਰੀ ਦਾ ਹਾਲ ਚਾਲ ਪੁੱਛਣ ਪੁੱਜੇ ਅਤੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ। ਵੀਰੀ ਟੈਪਈ ਦੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਆਖੀ ਹੈ ਕਿ ਪੁਰਾਣੀ ਰੰਜਸ ਦੇ ਚੱਲਦਿਆਂ ਉਹਨਾਂ ਦੇ ਪਿੰਡ ਦੇ ਹੀ ਬੰਦਿਆਂ ਨੇ ਤੇਜ਼ ਰਫ਼ਤਾਰ ਗੱਡੀ ਵੀਰੀ ਟੈਪਈ ਦੇ ਡਿਸਕਵਰ ਮੋਟਰਸਾਈਕਲ ਦੇ ਵਿੱਚ ਮਾਰੀ, ਜਿਸ ਦੇ ਕਰਕੇ ਉਸਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ। ਇਨਫੈਕਸ਼ਨ ਫੈਲਣ ਦੇ ਕਾਰਨ ਉਸਦੀ ਲੱਤ ਵੀ ਕੱਟਣੀ ਪਈ। ਸੋ ਮੈਂ ਸਾਰੇ ਕਬੱਡੀ ਜਗਤ ਵਾਲੇ ਵੀਰਾਂ ਨੂੰ ਅਤੇ ਖੇਡ ਪ੍ਰੇਮੀਆਂ ਨੂੰ ਇਹੀ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੀਰੀ ਟੈਪਈ ਵੀਰ ਦੀ ਮਦਦ ਕੀਤੀ ਜਾਵੇ। ਬਾਕੀ ਅਸੀਂ ਨੈਕਸਟ ਵੀਡੀਓ ਦੇ ਵਿੱਚ ਵੀਰੀ ਟੈਪਈ ਦੇ ਫਾਦਰ ਸਾਹਿਬ ਦੇ ਨਾਲ ਗੱਲ ਕਰਕੇ ਉਹਨਾਂ ਦਾ ਅਕਾਊਂਟ ਨੰਬਰ, ਗੂਗਲ ਪੇ ਨੰਬਰ ਵੀ ਦੇਵਾਂਗੇ। ਵੱਧ ਤੋਂ ਵੱਧ ਹੈਲਪ ਕਰੋ, ਕਿਉਂਕਿ ਵੀਰੀ ਟੈਪਈ ਦੇ ਉੱਤੇ ਲਗਭਗ 30-35 ਲੱਖ ਰੁਪਏ ਦਾ ਖਰਚਾ ਆ ਜਾਣਾ ਡਾਕਟਰਾਂ ਦੇ ਕਹਿਣ ਦੇ ਮੁਤਾਬਕ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ।